ਦੁਬਈ ਦੁਬਈ ਨਾ ਬੱਚੇ ਬੰਦ ਤੰਗ ਕੀਤਾ ਠਾ ਤਾ ਦੁਬਈ ਬੱਲਾ ਮਾਰ ਮਾਰ ਕੇ ਵੇਖੋ ਜਰਾ ਇਹਨੇ ਬੱਲਾ ਮਾਰੀਆਂ ਤਾਂ ਰਿਹਾ ਹੋਵੇ ਆ ਵੇਲੇ ਮਾਰ ਦੇ ਫਿਰ ਮੈਂ ਬੈਲ ਹੀ ਪਿੱਛੋਂ ਬੰਦ ਕਰਤੀ ਉਹ ਦੇਖੋ ਬੜਾ ਸਲਾਨ ਆਉਂਦੇ ਪਏ ਮੈਂ ਨਾ ਬੰਦ ਕਰਦੀ ਹੈ ਜੋ ਮਰਜ਼ੀ ਕਰੋ ਆਪਣੀ ਚੱਲੇਗੀ ਉਹ ਇਹ ਨਹੀਂ ਹੈ ਇਹ ਦੂਸਰੀ ਹੈ ਆਪ ਤੰਗ ਕਰਦੇ ਪਏ ਮੈਨੂੰ ਸੁਬਹ ਸੁਬਹ ਆ ਕੇ ਚਲੋ ਸੁਬਹ ਬਜਾਓ ਜਲਦੀ ਜਲਦੀ ਬਜਾਓ ਕਹਿੰਦੇ ਰਾਮੀਨ ਬਜਾ ਦੇ ਦੌੜ ਜਾਓ ਠੰਡੂ ਮੈਂ ਦੱਸਦਾ ਮੈਂ ਡੰਡਾ ਕਿੱਥੇ ਡੰਡਾ ਫੜਾ ਦੇਣਾ ਮੈਨੂੰ ਹੁਣ ਦੱਸੋ ਤੁਸੀਂ ਬਾਹਰ ਜਾਣਾ ਤੁਸੀਂ ਬਾਜ ਨੀ ਆਉਂਦੇ ਨਾ ਮੈਂ ਤੁਹਾਨੂੰ ਬੰਨ ਲੈਣਾ ਯਾਰ ਕੀ ਕਮਰੇ ਜਿੰਨ ਵਾਲੇ ਕਮਰੇ 'ਚ ਬਸ ਅੱਛਾ ਮੈਂ ਇਹਨਾਂ ਨੂੰ ਡਾਂਟਦਾ ਮੈਂ ਤਾਂ ਚੀਕਾ ਮਾਰਦੇ ਪਏ ਨੇ ਕਿੰਨੀ ਕਿੰਨੀ ਖਾ ਪਾਈ ਸੁਬਹ ਸੁਬਹ ਇਹਨਾਂ ਨੂੰ ਬਸ 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 ਇਹ ਵੀ ਚੀਕਾ ਮਾਰ ਤਿੰਨ ਜਣੇ ਇੱਥੇ ਬੈਠੇ ਹੋਏ ਨੇ ਆਓ ਉਸ ਦੇ ਵੀ ਉੱਠ ਗਿਆ ਜੇ ਆਇਆ ਚਲੋ 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 ਬਸ ਬਸ ਬਾਗ ਜੋ ਹੁਣ ਭੱਜ ਭੱਜ ਇਹਨਾਂ ਨੇ ਬਾਦਲ ਆਪਾਂ ਕੁੰਡ ਜਾਣੇ ਪੈਣੇ ਆਪਾਂ ਨੂੰ ਮੈਂ ਬੈਲ ਦਾ ਬੜਾ ਨਹੀਂ ਬੰਦ ਕਰਤਾ ਵਾ ਬਹੁਤ ਬੈਲ ਮਾਰਦੇ ਰਹੇ ਸੀ ਅੱਜ ਤੇ ਭਾਈ ਸੁਬਹ ਸੁਬਹ ਬੱਚਾ ਮੈਨੂੰ ਤੰਗ ਕਰਕੇ ਰੱਖਤਾ ਸੁਬਹ ਸੁਬਹ ਠਾਰਤਾ ਬੱਚਿਆਂ ਨੇ ਬੈਲਾਂ ਮਾਰ 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 ਬੈਲ ਮੈਂ ਪਤਨੀ ਕਿਹੜਾ ਆ ਗਿਆ ਜਾ ਦੇਖੇ ਬੱਚੇ ਦੌੜ ਜਾਂਦੇ ਸੀਗੇ ਮਾਰ ਮਾਰ ਬੈਲ ਫਿਰ ਮੈਂ ਉੱਥੇ ਖੜਾ ਹੋ ਗਿਆ ਦਰਵਾਜ਼ੇ ਦੇ ਪਿੱਛੇ ਮੈਂ ਕਿਹਾ ਹੁਣ ਇਹਨਾਂ ਨੂੰ ਵੇਖ ਰਹਾਂ ਮੈਂ ਇਹਨਾਂ ਨੂੰ ਫੜ ਲਿਆ ਉਦੋਂ ਇਹ ਚੀਖਾਂ ਵੀ ਮਾਰੀ ਜਾਂਦੇ ਪਏ ਹੁਣ ਬਾਹਰ ਕਰੀ ਫਿਰ ਆਪਾਂ ਨਾਸ਼ਤਾ ਕਰਦੇ ਹੁਣ ਉੱਠ ਗਏ ਹੈ ਫਰੈਸ਼ ਫਰੈਸ਼ ਹੋ ਕੇ ਨਾਸ਼ਤਾ ਕਰਕੇ ਤੁਹਾਨੂੰ ਮਿਲਦੇ ਅਭੀ ਮਜ਼ਾ ਆਏਗਾ ਨਾ ਭਿੜੋ ਹਾਲ ਵੇਖ ਲਓ ਕੀ ਬਣ ਗਿਆ ਕਟਾਈ ਵਾਲਾ ਆਇਆ ਵਾ ਗ੍ਰੈਂਡਰ ਚਲਾਉਂਦਾ ਪਿਆ ਵਾ ਹਲੇ ਮੈਂ ਪਿਛਲੇ ਕਮਰੇ 'ਚ ਲੇਟਿਆ ਆਇਆ ਸੀਗਾ ਫਿਰ ਵੀ ਹਾਲ ਵੇਖ ਲਓ ਮੇਰਾ ਪੂਰੇ ਘਰ ਨੇ ਘੱਟਾ ਹੀ ਘੱਟਾ ਕੀਤਾ ਆ ਤੋ ਸੁਬਹ ਸੁਬਹ ਆਈ ਤਿਆਰ ਬੱਚਿਆਂ ਨੇ ਨੀਂਦ ਹਰਾਮ ਕਰਤੀ ਮੇਰੀ ਸਿਰ 'ਚ ਦਰਦ ਆ ਗਈ ਆ ਸੁਬਹ ਸੁਬਹ ਘੰਟੀਆਂ ਟਿੰਗ 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 ਵਜਾ ਵਜਾ ਕੇ ਉਹਨਾਂ ਨੇ ਉਠਾ ਕੇ ਰੱਖਤਾ ਸੁਬਹ ਸੁਬਹ ਚਲੋ ਕੋਈ ਨਹੀਂ ਹੁਣ ਨਾ ਰਾਤ ਨੂੰ ਘੰਟੀ ਬੰਦ ਕਰਕੇ ਸਵੇਰੇ ਕੱਢੀ ਨਹੀਂ ਤਾਂ ਬੱਚੇ ਬਹੁਤ ਤੰਗ ਕਰਦੇ ਆ ਬਹੁਤ ਜ਼ਿਆਦਾ ਤੰਗ ਕਰਦੇ ਆ ਬਹੁਤ ਹੀ ਤੰਗ ਕਰਦੇ ਆ ਚਲੋ ਅੱਲਾ ਖੈਰ ਕਰੇ ਤੇ ਬਾਕੀ ਵੀ ਕੰਮ ਹੋ ਰਿਹਾ ਬਸ ਘੰਟਾ ਡੇਢ ਘੰਟਾ ਹੀ ਇਹਨਾਂ ਨੇ ਚੱਲ ਜਾਣਾ ਤੋ ਫਿਰ ਇਨਸ਼ਾਅੱਲਾ ਵੀਡੀਓ ਕੋਈ ਅੱਛੀ ਸੀ ਨਾ ਸ਼ੂਟ ਆਊਟ ਕਰਨੇ ਜਾਏਂਗੇ ਬਾਕੀ ਬਾਦਲ ਹੋਵੇ ਉਹ ਵੀ ਆਪਕੋ ਦਿਖਾਤਾ ਹੂੰ ਚੈੱਕ ਕਰਾ ਸਮੈਕਸੀ ਸਾ ਵੈਦਰ ਹੁਆ ਹੁਆ ਹੈ ਫੁੱਲ ਹੈਵੀ ਸਮੈਕਸੀ ਵੈਦਰ ਹੁਆ ਹੁਆ ਹੈ ਪਰ ਹਮਾਰਾ ਇਧਰ ਤੇ ਪੈਪ ਹੈ ਗੈਸ ਪੈਪ ਗੋਡਾ ਉਹ ਲੀਕ ਹੋ ਗਿਆ ਉਹ ਵੀ ਸੁਬਹ ਆਏ ਥੇ ਉਹ ਵੀ ਠੀਕ ਕਰਨੇ ਇਹ ਵੀ ਮਸਲਾ ਨਵਾਂ ਪੈ ਗਿਆ ਦੇਖੋ ਹੁਣ ਕੱਲ੍ਹ ਆਉਣਗੇ ਦੁਬਾਰਾ ਚੈੱਕ ਕਰ ਗਏ ਨੇ ਹੁਣ ਕੱਲ੍ਹ ਆਏਗੀ ਗੱਡੀ ਲੈ ਕੇ ਠੀਕ ਇਹਨੂੰ ਕਰਨਗੇ ਹਾਏ ਇੱਕੋ ਵਾਰੀ ਸਾਰੇ ਕੰਮ ਪੈਂਦੇ ਜਦੋਂ ਹੀ ਪੈਂਦੇ ਆ ਚਲੋ ਅੱਲਾ ਖੈਰ ਜਿਵੇਂ ਕਿ ਟਾਈਮੋ ਟਾਈਮ ਲੱਗ ਗਿਆ ਪਤਾ ਕਹਿੰਦਾ ਧਮਾਕਾ ਵੀ ਹੋ ਸਕਦਾ ਸੀਗਾ ਕਿਉਂਕਿ ਇਹ ਹੈ ਗੱਡਰ ਕੇ ਪਾਸ ਗੈਸ ਗੱਡਰ ਮੈਂ ਬਣਤੀ ਹੁੰਦੀ ਹੈ ਤੋ ਇਸ ਵੀ ਗੈਸ ਗੈਸ ਰਿਐਕਸ਼ਨ ਕਹਿੰਦੇ ਧਮਾਕਾ ਪੈ ਜਾਂਦਾ ਕਹਿੰਦੇ ਹਲੇ ਕੱਲ੍ਹ ਆਪਣਾ ਫੈਸਲਾ ਪਾਸ ਹੋਇਆ ਸੀਗਾ 80% ਬੰਦਾ ਫੁੱਲ ਚੱਲ ਗਿਆ ਸਾ ਬਾਕੀ ਫਕਰੂਲਾ 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 ਬਾਦਲ ਹੋ ਰਿਹਾ ਪਰ ਮੀਂਹ ਅੱਜ ਪੈ ਗਏ ਤਾਂ ਮੈਂ ਨਹਾਉਣਾ ਬੜਾ ਹੀ ਮਜ਼ਾ ਨਹਾਉਣ ਦਾ ਨਾ ਬਾਕੀ ਉਹਨੂੰ ਕਹਿੰਦੇ ਜਲਦੀ ਜਲਦੀ ਕੰਮ ਕਰ ਰਿਹਾ ਮੈਂ ਵੀਡੀਓ ਬਣਾਉਣੀ ਹੈ
ਬਾਦਲ ਚੈੱਕ ਕਰੋ, ਬਾਰਿਸ਼ ਹੋ ਰਹੀ ਹੈ, ਮੋਬਾਈਲ ਮੇਰਾ ਗਿੱਲਾ ਹੋ ਰਿਹਾ, ਸ਼ੇਡ ਬਣਾ ਰਹੀ ਅੱਧੀ, ਚੈੱਕ ਕਰੋ ਭਾਈ ਪੂਰੇ ਭਾਣ ਨਾਲ ਹੈਵੀ ਸੀਨ ਹੋਆ ਵਾ ਗੋਜਰਾ ਮੈਂ, ਫੁੱਲ 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 ਬਾਦਲੋ ਬਾਦਲੀ ਹੋਆ ਹੋਇਆ, ਬਾਰਿਸ਼ ਵੀ ਹੋ ਰਹੀ ਹੈ, ਦੇਖੀ ਜ਼ਰਾ ਸਾਰਾ ਗੀਲਾ ਹੋਵੇ ਤੇ ਮੈਂ ਜਿਹਨੇ ਭੂਤ ਬਣਿਆ ਇਸ ਲਈ ਸਾਹਮਣੇ ਨਹੀਂ ਆ ਰਹਾ, ਮੈਂ ਡਰਨਾ ਤਾਂ ਆਪ ਹੋਏ ਹੋਏ ਵੈਦਰ ਚੈੱਕ ਕਰੇ, ਐਂਡ ਲੈਵਲ ਵੈਦਰ ਬਾਬਾ, ਹਵਾ ਚਲਤੀ ਨਾ ਬਾਰਿਸ਼ ਕਤਰੇ ਮੂੰਹ ਪਰ ਗਿਰ ਰਹੇ ਹੈ, ਮਜ਼ਾ ਆ ਗਿਆ ਜੀ, ਇੰਨਾ ਤੇਜ਼ ਤੂਫਾਨ ਹੈ ਖੁੱਡਾ ਵੇਖੋ ਕਿੱਥੇ ਕੀ ਚੱਲ ਰਿਹਾ ਖੁੱਡੇ ਦਾ ਹਾਲ ਦੇਖੋ, ਓਏ ਬਹੁਤ ਹੀ ਖਤਰਨਾਕ ਤੂਫਾਨ ਹੈ ਬਾਈ, ਚੈੱਕ ਕਰੋ ਸੀਨ, ਫੁੱਲੀ ਖਤਰਨਾਕ ਤੂਫਾਨ ਨੂੰ ਕਹੇ ਤੂਫਾਨ, ਛੱਤ ਥੱਲੇ ਹੋ ਜਾ ਮੈਂ ਕਿਹਾ ਤੇਰਾ, ਬਹੁਤ ਗੰਦਾ ਤੂਫਾਨ ਆ ਬਾਈ, ਇਸ ਸਾਈਡ ਪਰ ਕੁਛ ਨਜ਼ਰ ਨਹੀਂ ਆ ਰਿਹਾ, ਕੁਛ ਨਜ਼ਰ ਨਹੀਂ ਆ ਰਿਹਾ ਸਾਈਡ ਪਰ, ਇੰਨਾ ਤੇਜ਼ ਤੂਫਾਨ ਹੈ ਕੁਛ ਨਜ਼ਰ ਨਹੀਂ ਆ ਰਿਹਾ, ਚਲੀਏ ਨੀਚੇ ਦੌੜੋ ਦੌੜੋ, ਚਪੇੜਾਂ ਵੱਜਦੀਆਂ ਪਾਣੀ ਦੀਆਂ, ਤੂਫਾਨ ਹੈ ਉਹ ਗਿਆ ਜੀ, ਉਹ ਗਿਆ ਜੀ ਗਿਆ ਜੀ ਗਿਆ ਜੀ, ਚਲੋ ਟੱਪ ਕਿੱਦੋਂ ਕਿੱਦੇ ਚਲ ਗਿਆ ਜੇ ਉੜਦਾ ਉੜਦਾ, ਮੈਂ ਕੀ ਬਣਾਵਾ ਬਾਈ ਬਹੁਤ ਆ ਬਹੁਤ ਤੂਫਾਨ ਚਲੀਏ, ਆ ਜਾ ਮੋਈ ਦੇ ਰਹਿਣ ਦੇ, ਓਏ ਆ ਜਾ ਦਰਵਾਜ਼ਾ ਬੰਦ ਕਰ ਦੇ, ਕਾਕੇ ਆਇਆ ਛੱਡ ਦੇ ਇਹਨਾਂ ਨੂੰ, ਕੁੰਡੀ ਲਾ ਦੇ ਦਰਵਾਜ਼ੇ ਦੀ, ਆ ਜਾ ਆ ਜਾ ਆ ਜਾ ਕੁੰਡੀ ਲਾ ਦੇ, ਓਏ ਬਹੁਤ ਤੇਜ਼ ਹੈ, ਮੈਂ ਤਾਂ ਨਾਲਾ ਪਰ ਤੂਫਾਨ ਬਹੁਤ ਤੇਜ਼ ਆ, ਜਦੋਂ ਮੈਂ ਨਾਲ ਲਾਂ ਤੇਰਾ ਬਹੁਤ ਗੰਦਾ ਤੂਫਾਨ ਹੀ ਆਇਆ, ਮੋਹਿਤ ਮੰਡਾ ਚੁੱਕ ਲਿਆ ਹੁਣ, ਆਇਆ ਤਾਂ ਆਇਆ ਰਹਿਣ ਦੇ ਇੱਦਾਂ ਹੀ, ਆ ਜਾ ਆਇਆ ਫਿਰ ਡਿੱਗੂ ਆਇਆ ਆ, ਪੌਦੇ ਖਰਾਬ ਹੋ ਜਾਂਦਾ, ਓਏ ਹੋਏ ਇਹਦੇ ਤੱਕ ਪਾਣੀ ਆ ਗਿਆ, ਬਹੁਤ ਹੀ ਗੰਦ ਖਤਰਨਾਕ ਸਰੀਨ ਕਾਮ ਹੋਇਆ ਹੋਇਆ, ਤਬਾਹੀ ਮਚਾ ਦੀ ਤੁਹਾਡਾ ਸਭ ਕੁਛ ਉੱਡਦਾ, ਮਾਰੀਅਲ ਮਾਰੀਏ ਗਿਆ ਸਭ ਕੁਛ, ਬਾਰਿਸ਼ ਬਹੁਤ ਤੇਜ਼ ਹੈ ਬਾਈ, ਬਹੁਤ ਤੇਜ਼ ਬਾਰਿਸ਼ ਹੈ, ਬਾਰਿਸ਼ ਇੰਨੀ ਤੇਜ਼ ਨਹੀਂ ਜਿੱਦਾਂ ਪਹਿਲੇ ਪੈਂਦੀ ਹੁੰਦੀ, ਨਹੀਂ ਬਾਰਿਸ਼ ਬਾਰਿਸ਼ ਵੀ ਤੇਜ਼ ਹੈ, ਤੂਫਾਨ ਬਹੁਤ ਤੇਜ਼ ਆ, ਤਬਾਹਕੁਨ ਤਿਆਰੀਆਂ ਤਬਾਹਕੁਨ ਤੂਫਾਨ, ਮੋਬਾਈਲ ਦੇ ਕੈਮਰੇ 'ਚ ਪਾਣੀ ਪੈ ਰਿਹਾ, ਆਸਤਾ ਆਸਤਾ ਚਿੱਟੇ ਪੈ ਰਹੇ ਨੇ, ਸਭ ਦੇਖ ਰਹੇ ਯਾਰ ਮੇਰਾ ਕਦਨ ਪਾਣੀ ਨਿਕਾਲ ਰਿਹਾ, ਯਾਰ ਦੇਖਿਆ ਤੇਰਾ, ਯਾਰ ਮੇਰਾ ਮਾਮੂ ਜੀ ਹੈ ਉਹ ਯਾਰ ਮੇਰਾ ਕਦਨ ਨਾ ਪਾਣੀ ਨਿਕਾਲ ਰਿਹਾ, ਉਹ ਅੱਜ ਨਾਲਾ ਡਿੱਗ ਗਿਆ ਜੇ, ਉਹ ਜਾਲੀ ਡੁੱਟ ਕੇ ਖੜ ਗਈ ਗੁੱਡੇ ਦੀ ਜਾਲੀ, ਤਾਰਾਂ ਤਾਰ ਟੁੱਟ ਕੇ ਆ ਪਈ ਜੇ, ਡਿਸ਼ਾਂ ਦੋਵੇਂ ਮੇਰੀਆਂ ਤਬਾਹ ਕੁੰਨ ਹੋ ਗਈ ਜੇ, ਤਾਂ ਬਾਈ ਫੁੱਲ ਹੈਵੀ ਨਾ ਇੰਜੋਏ ਕੀਆ ਬਾਰਿਸ਼ ਨੇ, ਅਭਿਨਾਤ ਫਰੈਸ਼ ਹੋ, ਦੋਨਾਂ ਤਰ੍ਹਾਂ ਮੈਂ ਕਿਹਾ ਬਾਰਿਸ਼ ਖਤਮ ਹੋ ਗਈ ਹੈ ਤਾਂ ਵਿਊ ਚੈੱਕ ਕਰੇ, ਉੱਪਰ ਗਿਆ ਤਾਂ ਮੇਰਾ ਕਦਮ ਡਾਪਰ ਫੇਰ ਰਹਾ ਥਾ, ਇਸ ਭਾਈ ਦੀ ਤੇਰੇ ਬੂਤਾ ਭਾਈ ਦੀ ਛੱਤ ਨਾ ਉੱਡ ਗਈ ਜੇ, ਉੱਡ ਕੇ ਆ ਕੇ ਆ ਡਿੱਗੀ ਹੋਈ ਜੇ।
ये देखे खंबा गिर गया है हमारे गली का, ये देखे उधर गली में आगे छत गिर गई है यार, बहुत नुकसान हो गया गली में, बहुत गंदा तूफान था साथ वाली गली में, वो इसकी गया खंबा गिर गया ला वे बकरे आ वे लो आगरा मुंडा ना मुंडा आ वे लो आ मेरा भतीजा आ वे लो तेरा सारी बल्ला मार के आंदा ही मैं तेरा बुना तेरे गल कर दा तेरा छत्तां वेखदे वेखो शर्म ही आंदे बेशर्म लोग बेशर्म लोग ने एक नंबर दे ना ना शलंगना मारी ना ना तुझे बकरा दे देने अगले ना 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 शलंगना मारी मार कोई नी ना मार शलंगना मारी आ गया आ गया तू शर्म ने लोगों का छातियां मारना है सारिया तारा टूट गई साढ़े बाहर खंबा गिर गया आओ वेखो खंबा भी गिर गया बहुत बुरे हालात हो गए यार इतने तूफान तो बड़ा गंदा सी इना पानी हाँ सब एक मिनट मैं छड़ दा किमा ये देखे भाई क्या सीन है तफरुल्ला पूरा खंबा टूट गया इसे करंट भी पूरे भान ना होना जे अगे तो है तेरा बहुत खतरनाक सीन हो गया यार बत्ती हूँ पता नहीं कितों आनी ना बड़ा मैं कहते अपने हान देना पंगा लिया कर हल लै उन्हें पंगा मेरे ना ले क्रांति नहीं कुदरना देख बाइक नहीं कुदरनी है नहीं कुदरनी बाइक ये मैंने कहा आ गया देखे यार देखो यार ਬੜਾ ਗੰਦਾ ਸੀਨ ਹੋ ਗਿਆ ਬੈਡ ਸੀਨ ਹੋ ਗਿਆ ਮੰਮਾ ਸਾਹਿਬ ਜੀ ਨਹਾ ਲੈਂਦੇ ਨਾ ਇਹਨਾਂ ਦਾ ਫਾਨ ਆਉਂਦਾ ਆ ਵੇਖ ਲਓ ਆ ਮੇਰਾ ਕਦਾ ਨਹੀਂ ਨਹਾਉਂਦਾ ਨਹੀਂ ਇਸ ਵੇਲੇ ਇੰਨਾ ਮੀਂਹ ਪਿਆ ਆ ਮੇਰਾ ਕਦਾ ਨਹੀਂ ਵੇਖ ਲਓ ਉਹ ਇੰਨਾ ਤੂਫਾਨ ਆਇਆ ਵਾ ਇੰਨਾ ਜ਼ਿਆਦਾ ਤੂਫਾਨ ਆਇਆ ਅਸੀਂ ਛੁੱਟੀ ਦੇਖ ਲਿਆ ਖੰਭੇ ਤੱਕ ਟੁੱਟ ਗਏ ਲੋਕਾਂ ਦੇ ਘਰਾਂ 'ਚ ਛੱਪਾਂ ਉੱਡ ਗਈਆਂ ਸਾਡਾ ਵੀ ਮਕਾਨ ਦੇ ਸਾਹ ਜਦੋਂ ਨਾ ਲੱਕੜੀ ਦਾ ਸਮਾਨ ਪਿਆ ਸੀਗਾ ਉਹ ਸਾਰਾ ਕੋਈ ਕਿਤੇ ਕੋਨੇ 'ਚ ਪਿਆ ਵਾ ਕੋਈ ਕਿਤੇ ਕੋਨੇ 'ਚ ਪਿਆ ਵਾ ਵਾਹ ਰੋਡ ਸਾਫ ਸੁਥਰੇ ਰੋਡ ਹੈ ਤੇਰਾ ਰੋਡ ਨਵੇਂ ਨਵੇਂ ਬਣੇ ਨਾ ਸੀ ਸਾਫ ਸੁਥਰੇ ਬਿਊਟੀਫੁਲ ਸੀਨ ਹੈ ਅਭੀ ਯਾਰ ਤੇਰਾ ਬਾਹਰ ਘੁੰਮਦੇ ਫਿਰਦੇ ਮੈਂ ਸ਼ਰੀਫ ਭਾਈ ਬੈਟਰ ਕੋਈ ਇੰਜੋਏ ਕਰਦੇ ਅੱਛਾ ਇਹ ਬਤਾਓ ਇਹ ਰੋਡ ਸਵਾਲ ਕਵੀ ਪੀਣਾ ਵੀ ਨਾ ਪਾਣੀ ਨਹੀਂ ਪੁੱਛੇ ਘੁੰਮਦਾ ਸੀਗਾ ਗੁਡ ਮਾਰਨਿੰਗ ਰਾਤ ਕੋ ਭਾਈ ਜਬ ਹਮ ਵਲੋਗ ਬਣਾ ਰਹੇ ਥੇ ਲੋ ਆਪਕੇ ਸਾਹਮਣੇ ਲਾਈਟੇ ਬੰਦ ਥੀ ਖੰਬੇ ਸ਼ੰਬੇ ਟੁੱਟੇ ਹੋਏ ਥੇ ਔਰ ਅਭੀ ਤੱਕ ਅਲਹਮਦੁਲਿਲਾ ਖੰਬੇ ਟੁੱਟੇ ਹੀ ਹੋਏ ਹੈ ਹਮਾਰੇ ਪਾਕਿਸਤਾਨੀ ਕਾਰਗਰਦਗੀ ਪਤਾ ਨਹੀਂ ਕਬ ਤੱਕ ਠੀਕ ਹੋਗੀ ਤੋ ਅੱਲਾ ਖੈਰ ਕਰੇ ਬਸ ਹਮੇ ਦੋ ਮੀਟਰ ਨਾ ਮਾਰੇ ਬਸ ਇਹ ਬਚਤ ਹੈ ਕਿ ਰਾਤ ਪਿਛਲੇ ਪੈਸੇ ਜਾਣ ਕੇ 12:30 ਵਜੇ ਤਕਰੀਬਨ ਨਾ ਮਾਰੇ ਦੂਸਰੇ ਮੀਟਰ ਕੀ ਰਾਈਟ ਆ ਗਈ ਸੀ ਤੋ ਉਸਨੇ ਹਮਨੇ ਗੁਜ਼ਾਰਾ ਕਰ ਲਿਆ
अल्हम्दुलिल्लाह। लेकिन अभी तक बाकी जो पहला एक मीटर है उसकी लाइट अभी तक नहीं आई क्योंकि खंबे जुड़न गए तो बत्ती आनी जे साड़ी गल तो भी खंबे टुटे भजे ने तो गली नुक्कड़ से भी खंबे टुटे भजे ने हमारी गली के जो भी तारे जाते ना इलेक्ट्रिशियन के वो भी टूटी हुई हैं पूरे पान ना। तो इसलिए अब लोग रात को एंड नहीं करते तो अंधेरा बहुत ज़्यादा था और कुछ भी इनके ब्लॉग में समझ ही नहीं आ रही थी। मैंने कहा सुबह और कई ब्लॉग को एंड किया जाएगा। तो ये था भाई आज का हमारा ब्लॉग, फुल तूफानी ब्लॉग है, फुल तूफानी ब्लॉग। तो भाई उम्मीद करते जी आपको अच्छा लगा होगा, अच्छा लगा तो लाइक शेयर कमेंट और चैनल को जाते हुए सब्सक्राइब करते जाइएगा। मिलते हैं कल फिर नए ब्लॉग में, तब तक अपना ख्याल मिल रहे दवाई करिएगा। अल्लाह हाफिज़।